ਤੇ ਟੋਰਾਂਟੋ ਪੁਲਿਸ ਨੇ ਟੋਰਾਂਟੋ ਦੇ ਡਾਊਨਟਾਊਨ ਦੇ ਵਿੱਚ ਹੋਏ ਇੱਕ ਬੇਰਹਿਮ ਜਿੰਸੀ ਹਮਲੇ ਦੇ ਇੱਕ ਸ਼ੱਕੀ ਵਿਅਕਤੀ ਦੀ ਸੁਰੱਖਿਆ ਤੇ ਨਿਰੀਖਣ ਕੈਮਰੇ ਵਿੱਚੋਂ ਵੀਡੀਓ ਅਤੇ ਤਸਵੀਰਾਂ ਜਾਰੀ ਕੀਤੀਆਂ ਹਨ। ਪੁਲਿਸ ਦਾ ਕਹਿਣਾ ਕਿ ਇੱਕ ਔਰਤ ਯੋਨਗੇ ਤੇ ਜਰਾਰਡ ਸੜਕ ਦੇ ਕੋਲ ਮੈਕਗਿਲ ਪਾਰਕਾਈਟ ਦੇ ਵਿੱਚ ਮੰਗਲਵਾਰ ਨੂੰ ਰਾਤ ਦੇ 2:30 ਤੇ ਜਾ ਰਹੀ ਸੀ ਜਦ ਉਸਨੂੰ ਇੱਕ ਬੰਦੇ ਨੇ ਘੇਰ ਲਿਆ। ਪੁਲਿਸ ਨੇ ਦੱਸਿਆ ਕਿ ਇਸ ਆਦਮੀ ਨੇ ਇਸ ਔਰਤ ਦੇ ਸਿਰ ਉੱਤੇ ਪਹਿਲਾਂ ਕੰਕਰੀਟ ਦਾ ਵੱਟਾ ਮਾਰਿਆ ਅਤੇ ਫਿਰ ਚਾਕੂ ਕੱਢ ਕੇ ਉਸਨੂੰ ਡਰਾਇਆ ਅਤੇ ਔਰਤ 'ਤੇ ਜਿਨਸੀ ਹਮਲਾ ਕੀਤਾ। ਜਦ ਹੀ ਇਲਾਕੇ ਦੇ ਲੋਕਾਂ ਨੇ ਉਸਦਾ ਸਾਹਮਣਾ ਕੀਤਾ ਅਤੇ ਦੋਸ਼ੀ ਉੱਥੋਂ ਭੱਜ ਗਿਆ। ਪੁਲਿਸ ਨੇ ਇਸ ਦੋਸ਼ੀ ਮੁੰਡੇ ਦੀ ਪਛਾਣ 20 ਸਾਲਾਂ ਦੇ 6 ਫੁੱਟ ਕੱਦ ਪਤਲਾ ਸਰੀਰ ਅਤੇ ਛੋਟੇ ਕਾਲੇ ਵਾਲ ਵਜੋਂ ਦੱਸਿਆ। ਇਸ ਵਿਅਕਤੀ ਨੇ ਲਾਲ ਰੰਗ ਦੀ ਟੀ ਸ਼ਰਟ ਕਾਲੀ ਟਰੈਕ ਪੈਂਟ ਪਾਈ ਹੋਈ ਹੈ ਜਿਸ ਉੱਤੇ ਚਿੱਟੇ ਰੰਗ ਦੀਆਂ ਤਾਰੀਆਂ ਬਣੀਆਂ ਹੋਈਆਂ ਹਨ। ਇਸ ਦੇ ਨਾਲ ਹੀ ਉਸਨੇ ਕਾਲੇ ਚਿੱਟੇ ਰੰਗ ਦੇ ਬੂਟ ਪਾਏ ਹੋਏ ਨੇ। ਇਹ ਕਾਲੇ ਰੰਗ ਦਾ ਬੈਗ ਵੀ ਚੁੱਕਿਆ ਹੋਇਆ। ਜੇਕਰ ਕਿਸੇ ਨੂੰ ਇਹ ਦੋਸ਼ੀ ਕਿਤੇ ਵੀ ਨਜ਼ਰ ਆਉਂਦਾ ਜਾਂ ਇਸ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਪੁਲਿਸ ਨਾਲ ਸੰਪਰਕ ਜ਼ਰੂਰ ਕਰੇ।